पिछले काफी दिनों तो चल रहे एफसीआई लेबर विवाद विच उस वेले नवा मोड़ आ गया जदों मान्योग सुप्रीम कोर्ट के आदेशों मुताबिक ठेकेदार नूं पुलिस प्रोटेक्शन दी गई अते स्पेशल दी लोडिंग भी शुरू कराई गई। मामला इस तरह है कि 1983 के बाद सरकार के हुक्मों उत्ते ठेकेदारी सिस्टम नूं खत्म कर डेली बेसिस उत्ते लेबर द्वारा एफसीआई के गोदामों वालों लोडिंग करवाई जाती सी, लेकिन इस वरे एक काम मुड़ ठेके उत्ते दिता गया जिसके विरोध विच पुरानी लेबर ने धरना लगा दिता ਅਤੇ ਨਵੇਂ ਠੇਕੇਦਾਰ ਨੂੰ ਲੋਡਿੰਗ ਨਹੀਂ ਕਰਨ ਦਿੱਤੀ। ਪਰ ਪੁਲਿਸ ਵੱਲੋਂ ਠੇਕੇਦਾਰ ਨੂੰ ਪੁਲਿਸ ਪ੍ਰੋਟੈਕਸ਼ਨ ਦੇ ਕੇ ਸਪੈਸ਼ਲ ਦੀ ਲੋਡਿੰਗ ਸ਼ੁਰੂ ਕਰਾਈ ਗਈ। ਇਸ ਦੌਰਾਨ ਪੁਲਿਸ ਨੇ ਕਈ ਹੰਗਾਮਾਕਾਰੀਆਂ ਨੂੰ ਹਿਰਾਸਤ ਵਿੱਚ ਵੀ ਲਿਆ। ਪ੍ਰਸ਼ਾਸਨ ਨੇ ਅਰੈਸਟ ਕਰ ਲਏ ਆ ਬੰਦੇ, 20-25 ਸਾਡੇ ਬੰਦੇ ਹੈਗੇ ਆ ਜੀ। ਅੱਗੇ ਇੰਨੀ ਫੋਰਸ ਲਾ ਛੱਡੀ ਹੈ ਸਾਡੇ ਬੰਦੇ ਨੂੰ ਅੱਗੇ ਨਹੀਂ ਜਾਣ ਦੇ ਰਹੇ। ਅਸੀਂ ਤਾਂ ਬੇਨਤੀ ਇਹ ਕਰਨੇ ਵੀ ਜੋ ਸਾਡਾ ਡੀਸੀ ਨਾਲ ਸਮਝੌਤਾ ਹੋਇਆ ਸੀਗਾ ਉਸ ਸਮਝੌਤੇ 'ਤੇ ਡੀਸੀ ਸਾਹਿਬ ਵੀ ਅੱਜ ਪਿੱਛੇ ਹਟ ਗਏ ਸਾਡੇ ਤੋਂ। ਦੇਖੋ ਜਦੋਂ ਪ੍ਰਸ਼ਾਸਨ ਹੀ ਇੰਨਾ ਧੱਕਾ ਕਰੇਗਾ ਵਰਕਰ ਵਿਚਾਰੇ ਕੀ ਕਰਨਗੇ। ਅੱਜ 40 ਸਾਲ ਦੀ ਰੋਟੀ ਸਾਡੀ ਜਿਹੜੀ ਆ ਉਹ ਖੋਈ ਜਾ ਰਹੀ ਹੈ। ਅਸੀਂ ਤਾਂ ਇਹ ਬੇਨਤੀ ਕਰਾਂਗੇ ਵੀ ਜੋ ਸਾਡਾ ਹੱਕ ਆ ਉਹ ਸਾਨੂੰ ਦਿੱਤਾ ਜਾਵੇ। ਜੋ ਹਾਈਕੋਰਟ ਦੀ ਡਾਇਰੈਕਸ਼ਨ ਦੇ ਮੁਤਾਬਕ ਜਿਹਨਾਂ ਨੂੰ ਅਲਾਓ ਕੀਤਾ ਗਿਆ ਉਹ ਕਰਵਾ ਰਹੇ ਲੋਡਿੰਗ ਵਗੈਰਾ। ਨਹੀਂ ਨਹੀਂ ਧੱਕੇ ਨਾਲ ਹੀ ਆਪਣੇ ਆਪ ਹੀ ਬੈਠੇ ਜੀ ਨਹੀਂ ਨਹੀਂ ਐਸੀ ਕੋਈ ਗੱਲ ਨਹੀਂ ਹੋਈ, ਐਸੀ ਨਹੀਂ ਕੋਈ ਗੱਲ ਹੋਈ। ਉਹ ਆਪਣੀ ਮਰਜ਼ੀ ਨਾਲ ਗੱਡੀ 'ਚ ਬੈਠੇ ਔਰ ਉਹਨਾਂ ਨੂੰ ਭੇਜੇ।